ਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣਾਂ ਨੂੰ ਹੋਇਆ ਲਗਭਗ 3 ਤੋਂ 3.5 ਮਹੀਨੇ ਹੋ ਚੁੱਕੇ ਨੇ ਇਹ ਕਦੇ ਨਹੀਂ ਹੋਇਆ ਕਿ 3.5 ਮਹੀਨੇ ਹੋ ਚੁੱਕੇ ਹੋਣ ਤਾਂ ਇੱਕ ਨਵਾਂ ਹਾਊਸ ਨਾ ਕ੍ਰੀਏਟ ਹੋਵੇ ਨਵੀਂ ਕਮੇਟੀ ਨਾ ਹੋਵੇ ਜਦੋਂ ਨੰਬਰ ਵੀ ਤੁਹਾਡੇ ਕੋਲ ਪੂਰੇ ਹੋਣ ਤਾਂ ਵੀ ਤੁਸੀਂ ਕਮੇਟੀ ਨਾ ਬਣਾ ਪਾਓ ਇਹ ਬੜੇ ਅਚੰਬੇ ਵਾਲੀ ਗੱਲ ਹੈ ਔਰ ਨਵੀਂ ਕਮੇਟੀ ਬਣਨ ਤੋਂ ਪਹਿਲਾਂ ਹੀ ਜਿਹੜੀ ਪੁਰਾਣੀ ਕਮੇਟੀ ਦੇ ਪ੍ਰਧਾਨ ਸਾਹਿਬ ਸੀਗੇ ਉਹ ਕਮੇਟੀ ਨੂੰ ਹਲਵਦਾ ਕਹਿ ਦਿੰਦੇ ਨੇ 4.5 ਵਜੇ ਅਸਤੀਫਾ ਦਿੰਦੇ ਨੇ 5 ਵਜੇ ਭਾਜਪਾ ਜੁਆਇਨ ਕਰ ਲੈਂਦੇ ਨੇ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਵਾਰ-ਵਾਰ ਜਦੋਂ ਸਿੱਖ ਸ਼ਖਸੀਅਤਾਂ ਇਹ ਕਹਿੰ ਸਿੱਖਾਂ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲ ਦਿੰਦੀਆਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਭਾਵੇਂ ਐਸਜੀਪੀਸੀ ਹੋਵੇ ਭਾਵੇਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਲੜਾਈਆਂ ਲੜ ਕੇ ਇੱਕ ਸਿਸਟਮ ਕ੍ਰੀਏਟ ਕੀਤਾ ਉਸ ਸਿਸਟਮ ਨੂੰ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਏਜੰਸੀਆਂ ਦੇ ਰਾਹੀਂ ਆਪਣੇ ਚਿਹਤਿਆਂ ਦੇ ਰਾਹੀਂ ਇਹ ਅਲੀਗੇਸ਼ਨ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲਗਾਉਂਦਾ ਰਿਹਾ ਸਾਡੇ ਨਾਲ ਅੱਜ ਮੌਜੂਦ ਨੇ ਹਰਬੀਰ ਸਿੰਘ ਕਾਲਕਾ ਸਾਹਿਬ ਜਨਰਲ ਸਕੱਤਰ ਵੀ ਨੇ ਡੀਐਸਜੀਐਮਸੀ ਦੇ ਔਰ ਡੀਐਸਜੀਐਮਸੀ ਇਲੈਕਸ਼ਨ ਵੀ ਇਹਨਾਂ ਨੇ ਜਿੱਤੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਕਲਕੱਤਾ ਸਾਹਿਬ ਮੈਂ ਸ਼ੁਰੂਆਤ ਦੇ ਵਿੱਚ ਜਿਵੇਂ ਕਿਹਾ ਕਿ ਲਗਭਗ 3.5 ਮਹੀਨੇ ਹੋ ਚਲੇ ਨੇ ਜਦੋਂ ਇਲੈਕਸ਼ਨ ਹੋਈਆਂ ਨਤੀਜੇ ਆਏ ਤੁਸੀਂ ਲੱਡੂ ਵੀ ਖਾ ਲਏ ਹਾਰ ਵੀ ਪਾ ਲਏ ਇਦਾਂ ਲੱਗਿਆ ਕਿ ਅਗਲੇ ਦਿਨ ਤੁਹਾਡੀ ਜਨਰਲ ਹਾਊਸ ਦੀ ਮੀਟਿੰਗ ਹੋਏਗੀ ਪ੍ਰਧਾਨਗੀ ਅਹੁਦਾ ਵੀ ਤੁਹਾਡਾ ਜਨਰਲ ਸਕੱਤਰ ਵੀ ਅਹੁਦਾ ਲਗਭਗ 3.5 ਮਹੀਨੇ ਹੋ ਗਏ ਨੇ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਜਿੱਤਿਆ ਕੌਣ ਹੈ ਕਿਹਦੀ ਕਮੇਟੀ ਬਣੂਗੀ ਕੌਣ ਪ੍ਰਧਾਨ ਬਣੂਗਾ ਇੰਨਾ ਭੰਬਲੂਸਾ ਕਿਉਂ ਦੇਖੋ ਇੱਕ ਗੱਲ ਤੇ ਬਿਲਕੁਲ ਸਪਸ਼ਟ ਹੈ ਔਰ ਦਿੱਲੀ ਦੀ ਸੰਗਤ ਨੇ ਜਿਸ ਤਰੀਕੇ ਦੇ ਨਾਲ ਮੈਂਡੇਟ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ 27 ਮੈਂਬਰ ਜਿੱਤ ਕੇ ਆਏ ਛਾਲੀਆਂ ਚੋਂ ਛਾਲੀ ਬੰਦਿਆਂ ਦੀ ਇਲੈਕਸ਼ਨ ਹੋਣ ਤੋਂ ਬਾਅਦ 27 ਜਿੱਤਣਾ ਮੈਂ ਸਮਝਦਾ ਹਾਂ 1 ਸਾਈਡ ਮੈਜੋਰਟੀ ਹੈ ਔਰ ਉਹਦੇ ਨਾਲ-ਨਾਲ ਉਸ ਤੋਂ ਬਾਅਦ ਜਿਹੜਾ ਕੌਪਸ਼ਨ ਦੀ ਸਾਡੇ ਕੋਲ ਉਹ ਇਖਤਿਆਰ ਆ ਗਿਆ ਸਰਦਾਰ ਵਿਕਰਮ ਸਿੰਘ ਰੋਇਨੀ ਨੂੰ ਅਸੀਂ ਕੌਪਟ ਕੀਤਾ ਇੱਕ ਸੀਟ ਸਾਡੀ ਉਹ ਵਧੀ ਹੈ ਸਰਦਾਰ ਸੁਖਬੀਰ ਸਿੰਘ ਕਾਲਰਾ ਜਿਹੜੇ ਅ ਸੀਨੀਅਰ ਮੈਂਬਰ ਸੀ ਸਰਨਾ ਦਲ ਨੂੰ ਛੱਡ ਕੇ ਕਿਉਂਕਿ ਉਹਨਾਂ ਦੀ ਇਲੈਕਸ਼ਨ ਤੋਂ ਪਹਿਲੇ ਸਾਨੂੰ ਉਹਨਾਂ ਨੇ ਵਾਅਦਾ ਕਰਤਾ ਸੀ ਕਿ ਕਿਉਂਕਿ ਜੋ ਉਹਨਾਂ ਨੇ ਕਾਰਜਗੁਜ਼ਾਰੀ ਸਰਨਾ ਸਾਹਿਬ ਦੇ ਸਮੇਂ ਤੇ ਚ ਦੇਖੀ ਹੈ ਉਹਨੂੰ ਦੇਖ ਕੇ ਉਹਨਾਂ ਨੇ ਕਿਹਾ ਸੀ ਕਿ ਮੈਂ ਇਲੈਕਸ਼ਨ ਕਿਉਂਕਿ ਇੱਕ ਬੰਦੇ ਦੇ ਨਾਲ ਖੜਾ ਰਿਆ ਮੇਰੀ ਜ਼ਿੰਮੇਵਾਰੀ ਬੰਦੀ ਹੈ ਮਗਰ ਮੈਂ ਜੋ ਕੰਮ ਤੁਸੀਂ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਮੈਂ ਤੁਹਾਡੇ ਨਾਲ ਔਰ ਉਹ ਸਾਡੇ ਨਾਲ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਆਂਦੇ ਹੀ ਇਮੀਡੀਏਟ ਅਗਲੇ ਦਿਨ ਸਾਡੇ ਨਾਲੋਂ ਆ ਗਏ ਉਸ ਤੋਂ ਬਾਅਦ ਇੱਕ ਜਿਹੜਾ ਕੈਂਡੀਡੇਟ ਹੈ ਸਾਡਾ ਐਸਜੀਪੀਸੀ ਤੋਂ ਨਾਮਿਨੇਟ ਹੁੰਦਾ ਸੋ ਉਹ ਐਸਜੀਪੀਸੀ ਦਾ ਜਿਹੜਾ ਨਾਮ ਸਦਾ ਮਨਜਿੰਦਰ ਸਿੰਘ ਸਿੱਸਾ ਦਾ ਪਾਰਟੀ ਨੇ ਦਿੱਤਾ ਉਹਦੇ ਉੱਤੇ ਅਟਕਲਾਂ ਆਈਆਂ ਉਹਦੇ ਉੱਤੇ ਕਿੰਦੂ ਪਰੰਤੂ ਹੋਈਆ ਔਰ ਉਸ ਤੋਂ ਬਾਅਦ ਲਗਾਤਾਰ ਇੱਕ ਕੋਰਟਾਂ ਦੇ ਵਿੱਚ ਕੇਸ ਚਲੇ ਗਏ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਧੱਕਾ ਕੀਤਾ ਜਿਸ ਤਰੀਕੇ ਦੇ ਨਾਲ ਡਾਇਰੈਕਟਰ ਇੱਕ ਬਾਇਸਡ ਹੋ ਕੇ ਇੱਕ ਪਾਸੇ ਦੀ ਇਲੈਕਸ਼ਨ ਕਰਵਾਈ ਉਹਨਾਂ ਨੇ ਜਿੱਥੋਂ ਸ਼ੁਰੂਆਤ ਕਰੀ ਅਸੀਂ ਪਹਿਲਾ ਪਾਰਟੀ ਦਾ ਸਿੰਬਲ ਖੋਣ ਦੀ ਗੱਲ ਕੀਤੀ ਗਈ ਉਹਨੂੰ ਅਸੀਂ ਕੋਰਟ ਦੇ ਰਾਈਵਾਪਸ ਲੈ ਕੇ ਆਏ ਇਲੈਕਸ਼ਨ ਨੂੰ ਡਿਲੇ ਕਰਨ ਦੀ ਗੱਲ ਕੀਤੀ ਅਸੀਂ ਉਹਨੂੰ ਕੋਰਟ ਦੇ ਰਾਈਵਾਪਸ ਲੈ ਕੇ ਆਂਦੇ ਆ ਉਸ ਤੋਂ ਬਾਅਦ ਜਿਸ ਵਕਤ ਇਲੈਕਸ਼ਨ ਦੀ VOTING ਹੁੰਦੀ ਹੈ ਜਿਸ ਤਰੀਕੇ ਦੇ ਨਾਲ ਵੋਟਾਂ ਰਿਜੈਕਟ ਹੋਈਆਂ ਇਹ ਦਿੱਲੀ ਦੇ 50 ਸਾਲ ਦੇ ਗੁਰਦੁਆਰਾ ਕਮੇਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਇਲੈਕਸ਼ਨ ਐਫ ਜੀ ਹੋਈ ਹੈ ਕਿ ਇੰਨੇ ਨੰਬਰਸ ਆਫ ਰਿਜੈਕਟਡ ਵੋਟਸ ਨੇ ਕਿਉਂਕਿ ਉੱਤੇ ਕੋਈ ਨਾ ਕੋਈ ਗਲਤ ਕੰਮ ਕਰਾਇਆ ਗਿਆ ਜਿੱਦ ਨਾਲ ਵੋਟਾ ਗਲਤ ਹੋਈਆ ਔਰ ਉਸ ਦੇ ਬਾਵਜੂਦ ਇਨਾ ਵੱਡਾ ਮੰਡੇਟ ਮਿਲਿਆ ਮੰਡੇਟ ਮਿਲਣ ਤੋਂ ਬਾਅਦ ਆਬਜੈਕਸ਼ਨਾਂ ਲਗਾਤੀਆਂ ਗਈਆ ਸਰਦਾਰ ਨੋਮੀਨੇਸ਼ਨ ਦੇ ਉੱਤੇ ਸਦਾ ਮਨਜਿੰਦਰ ਸਿੰਘ ਸਿਰਸਾ ਦੀ ਉਹਦੇ ਉੱਤੇ ਔਰ ਉਸ ਤੋਂ ਬਾਅਦ ਜਿਹੜੀ ਲੋਟਰੀ ਦਾ ਜਿਹੜਾ ਉੱਥੇ ਡਰਾ ਨਿਕਲਿਆ ਉਹਦੇ ਵਿੱਚ ਐਫੋਚੀਆਂ ਾਟਕਲਾ ਕਰਤੀਆਂ ਗਈਆ ਪੰਜ ਪੰਜ ਡਰਾ ਕਰਤੇ ਗਏ ਮੈਂ ਪੁੱਛਣਾ ਚਾਹੁੰਦਾ ਕਿ ਪਿਛਲੇ 50 ਸਾਲ ਦੀ ਇਤਿਹਾਸ ਜਿੰਨੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਜੀ 75 ਚ 79 ਚ ਉਸ ਤੋਂ ਬਾਅਦ 95 ਚ 2002 ਚ 2007 ਚ 2013 ਚ 2017 2021 ਦੀ ਇਲੈਕਸ਼ਨ ਹੁੰਦੀ ਹੈ ਅੱਜ ਤੱਕ ਕਦੀ ਦੋ ਡਰਾਅ ਦੇ ਅਲਾਵਾ ਤੀਜਾ ਡਰਾਅ ਨਹੀਂ ਨਿਕਲਿਆ ਉੱਥੇ ਪੰਜ ਡਰਾਅ ਕਰਤੇ ਗਏ ਕਿਉਂਕਿ ਇੱਕ ਪੰਬੜ ਪੂਸਾ ਆ ਪਾ ਕੇ ਲੋਕਾਂ ਨੂੰ ਗੁਨਾਹ ਕਰਕੇ ਆਪਣੇ ਮਤਲਬ ਦਾ ਬੰਦੇ ਨੂੰ ਭੇਜਿਆ ਗਿਆ ਇਹ ਕੱਲ ਕੱਲ ਕਸਾ ਮੈਨੂੰ ਸਮਝ ਨਹੀਂ ਆਂਦੀ ਜੇ ਮਸਲਾ ਕੋਰਟ ਦੇ ਵਿੱਚ ਚਲਾ ਗਿਆ ਇਹ ਕੋਰਟ ਦੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈ ਉਹਦੇ ਵਿੱਚ ਸਰਕਾਰ ਤੇ ਤੁਸੀਂ ਅਲੀਗੇਸ਼ਨ ਕਿਵੇਂ ਲਗਾ ਸਕਦੇ ਹੋ ਜਿਸ ਗੱਲ 'ਤੇ ਓਬਜੈਕਸ਼ਨ ਕਿਸੇ ਨੇ ਲਗਾ ਕੇ ਉਸ ਨੂੰ ਕੋਰਟ ਤੱਕ ਉਹ ਲੈ ਕੇ ਗਏ ਉਹਦੇ ਵਿੱਚ ਸਰਕਾਰ ਦੀ ਮਨਸ਼ਾ ਕੀ ਹੈ ਜਾਂ ਡਾਇਰੈਕਟਰ ਦੀ ਮਨਸ਼ਾ ਕੀ ਹੈ ਨਹੀਂ ਦੇਖੋ ਬਿਲਕੁਲ ਸਾਫ਼ ਹੈ ਜੇਕਰ ਡਾਇਰੈਕਟਰ ਐਸਜੀਪੀਸੀ ਉੱਤੇ ਬਾਜ਼ ਨਾ ਹੁੰਦੇ ਪਹਿਲੀ ਗੱਲ ਤੇ ਨਾਮੀਨੇਸ਼ਨ ਦੇ ਉੱਤੇ ਰੋਕ ਲਾਈ ਗਈ ਜਿਹੜੀ ਐਸਜੀਪੀਸੀ ਦੇ ਉਹਨਾਂ ਨੂੰ ਪਹਿਲੇ ਕਿਹਾ ਗਿਆ ਜੀ ਕਿ ਇਹਨਾਂ ਨੇ ਐਗਜ਼ੈਕਟਿਵ ਦੀ ਮੀਟਿੰਗ ਨਹੀਂ ਕੀਤੀ ਗਈ ਸੀ ਫਿਰ ਉਹਨਾਂ ਦੀ ਲਗਾਈ ਗਈ ਜੀ ਕਿ ਇਹਨਾਂ ਨੇ ਪੰਜਾਬੀ ਦੀ ਲੈਂਗੁਏਜ ਦੀ ਲੈਂਗੁਏਜ ਨਹੀਂ ਆਂਦੀ ਸੀ ਜਿੱਥੇ ਪਰ ਪੰਜਾਬੀ ਲੈਂਗੁਏਜ ਦੀ ਗੱਲ ਪੜਾਉਣ ਦੀ ਟੈਸਟ ਦੀ ਗੱਲ ਆਈ ਤੇ ਉੱਥੇ ਗੁਰਬਾਣੀ ਲਿਖਵਾਤੀ ਗਈ ਸੋ ਇਹ ਸਾਰੀਆਂ ਚੀਜ਼ਾਂ ਨੇ ਅਗਰ ਇੱਕ ਬੰਦੇ ਨੂੰ ਤੁਸੀਂ ਰਿਜੈਕਟ ਕਰਨਾ ਹੈ ਜਾਂ ਉਹਨੂੰ ਪਾਸ ਕਰਨਾ ਹੈ ਇਹ ਬੜੇ ਇਖਤਿਆਰ ਤੁਹਾਡੇ ਕੋਲ ਹੁੰਦੇ ਨੇ ਨਾ ਇੱਕ ਸਕੂਲ ਦੇ ਟੀਚਰ ਕੋਲ ਹੁੰਦੇ ਨੇ ਤੇ ਫਿਰ ਵੀ ਆਈਐਸ ਅਫਸਰ ਡਾਇਰੈਕਟਰ ਹੈਗੇ ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅਬਾਇਸਡ ਵਿਚ ਸਾਈਡ ਤਦੂ ਕੀ ਲਗਦਾ ਕਿ ਕਿੰਦਰਵਲ ਵਾਇਸ ਸੀ ਨਹੀਂ ਬਿਲਕੁਲ ਸਰਕਾਰ ਵੱਲੋਂ ਵਾਇਸ ਸੀ ਔਰ ਜਿਨਾ ਵੱਲ ਡਾਇਰੈਕਸ਼ਨ ਸੀ ਸਰਦਾਰ ਸਰਨਾ ਸਾਹਿਬ ਦੀ ਪਾਰਟੀ ਨੂੰ ਇਹਨਾਂ ਨੇ ਫਾਇਦਾ ਦੇਣ ਦੀ ਗੱਲ ਕੀਤੀ ਆ ਕਿਉਂਕਿ ਮੈਜੋਰਟੀ ਚੋ ਆਏ ਨੇ ਬਾਕੀ ਦੂਜੀਆਂ ਪਾਰਟੀਆਂ ਜਿਹੜੇ ਵਿਰੋਧੀ ਧਿਰ ਵੱਜੋਂ ਤੇ ਉਹਨਾਂ ਦੀ ਉਹਨਾਂ ਦੀ ਤਰਫ ਇੰਕਲਾਈਨ ਹੋ ਰੱਖੇ ਸੀ ਔਰ ਉਹਨਾਂ ਨੇ ਗੱਲ ਕੀਤੀ ਆ ਮੈਂ ਨਹੀਂ ਕਹਿ ਸਕਦਾ ਕਿ ਉਹ ਕਿਦੇ ਵੱਲ ਜ਼ਿਆਦਾ ਸੀ ਮਨਜੀਤ ਸਿੰਘ ਜੀ ਕੇ ਵੱਲ ਜ਼ਿਆਦਾ ਸੀ ਜਾਂ ਸਰਨਾ ਸਾਹਿਬ ਵੱਲ ਬਟ ਦੇ ਵਾਰ ਅਗੇਂਸਟ ਅਕਾਲੀ ਦਲ ਹੀ ਵਾਸ ਅਗੇਂਸਟ ਅਕਾਲੀ ਦਲ ਔਰ ਉਸਨੇ ਪੂਰਾ ਸਾਡੇ ਖਿਲਾਫ ਕੰਮ ਕੀਤਾ ਬੜੀ ਚਰਚਾ ਇਹ ਸੀ ਕਿ ਦਿੱਲੀ ਕਮੇਟੀ ਦੇ ਮੈਂਬਰ ਜਿੱਤਣ ਤੋਂ ਬਾਅਦ ਕਰੋੜਾਂ ਰੁਪਏ ਦੀਆਂ ਆਫਰਸ ਹੋਈਆਂ ਗੱਡੀਆਂ ਦੀਆਂ ਫੋਰਚੂਨਰ ਗੱਡੀਆਂ ਤੱਕ ਦੀਆਂ ਆਫਰ ਹੋਈਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਗੁਰਦਾਰ ਦੀ ਸੇਵਾ ਸੰਭਾਲ ਦੇ ਲਈ ਅਸੀਂ ਇਲੈਕਸ਼ਨ ਲੜਨੇ ਆ ਇਹ ਕਿਵੇਂ ਦੀ ਸੇਵਾ ਹੈਗੀ ਹੈ ਕਿ ਜਿਹੜੀ ਕਰੋੜਾਂ ਰੁਪਏ ਆਫਰ ਕਰਕੇ ਦਿੱਤੇ ਜਾਂਦੇ ਨੇ ਉਸ ਤੁਹਾਡੇ ਵੱਲ ਵੀ ਸਰਨਾ ਪਾਰਟੀ ਦਾ ਇੱਕ ਬੰਦਾ ਆ ਤੁਸੀਂ ਵੀ ਕੁਝ ਆਫਰ ਕੀਤਾ ਹੋਣਾ ਦੇਖੋ ਮੈਂ ਇੱਕ ਗੱਲ ਦੱਸਾਂ ਕਿ ਪਹਿਲੀ ਗੱਲ ਤੇ ਸਾਡੇ ਆਫਰ ਦੀ ਗੱਲ ਹੈ ਕਿ ਸਾਨੂੰ ਮੈਂ ਤੁਹਾਨੂੰ ਹੁਣੇ ਗੱਲ ਦੱਸੀ ਇਲੈਕਸ਼ਨਾਂ ਤੋਂ ਪਹਿਲੇ ਹੋਰਾਂ ਨੇ ਕਿਹਾ ਸੀ ਸਾਨੂੰ ਹੋਰ ਵੀ ਮੈਂਬਰਾਂ ਨੇ ਕਿਹਾ ਸੀ ਪਹਿਲਾਂ ਕਿਹਾ ਤਾਂ ਤੁਹਾਡੇ ਤੋਂ ਕਿਉਂ ਲੜਿਓ ਤੁਹਾਡੀ ਪਾਰਟੀ ਵੱਲੋਂ ਕਿਉਂ ਨਹੀਂ ਲੜੇ ਕਿਉਂਕਿ ਅਗਲੇ ਨੇ 4 ਸਾਲ ਉਹਨ ਬੰਦਾ ਜਿਹੜਾ ਆਪਣੇ ਅੰਦਰ ਕਿਰਦਾਰ ਰੱਖਦਾ ਹੈ ਪਾਰਟੀ ਦੇ ਵਿੱਚ ਇਲਾਕੇ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਪਹਿਲੀ ਕਹਿਤਾ ਸੀ ਕਿ ਸਰਨਾ ਸਾਹਿਬ ਮੈਂ ਤੁਹਾਨੂੰ ਪਾਰਟੀ ਛੱਡ ਕੇ ਚਲੇ ਜਾਣਾ ਮੈਂ ਇਲੈਕਸ਼ਨ ਤੁਹਾਡੇ ਕੋਲ ਜਰੂਰ ਲੜ ਰਿਹਾ ਕਿਉਂਕਿ ਤੁਹਾਡੇ ਜਿਹੜੇ ਕੰਮ ਨੇ ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਜੋ ਕੰਮ ਕੀਤੇ ਸੀ ਉਹਨਾਂ ਨੂੰ ਦੇਖਦੇ ਹੋ ਵਿੱਚ ਸਾਡੇ ਵਿੱਚ ਆਏ ਨੇ ਔਰ ਇੱਕ ਪੈਸੇ ਦਾ ਅਸੀਂ ਕਿ ਕਿਸ ਨੂੰ ਆਫਰ ਕੀਤੀ ਹੈ ਨਾ ਅਸੀਂ ਦੇਣ ਵਾਲੇ ਆ ਤੇ ਨਾ ਸਾਡੇ ਕੋਲ ਲੱਗੀ ਹੈ ਸਾਡੇ ਮੈਂਬਰਾਂ ਨੂੰ ਮੈਂ ਸਮਝ ਰਿਹਾ ਕਿ ਕੱਲ ਰਾਤ ਤੱਕ ਵੀ ਆਫਰ ਚੱਲ ਰਹੀ ਹੈ ਸਰਨਾ ਸਾਹਿਬ ਇਹ ਹੁਣ ਜਿਹੜਾ ਸਿਰਸਾ ਸਾਹਿਬ ਦੇ ਜਾਣ ਤੋਂ ਬਾਅਦ ਜਿਆਦਾ ਐਗਰੈਸਿਵ ਹੋ ਕੇ ਕੋਸ਼ਿਸ਼ ਕਰ ਰਹੇ ਨੇ ਮਗਰ ਮੈਂ ਆਪਣੇ ਮੈਂਬਰਜ਼ ਨੂੰ ਤਨਵਾਦ ਵੀ ਕਰਾਂਗਾ ਉਹਨਾਂ ਦੇ ਸਟੈਂਡ ਦੇ ਉੱਤੇ ਸਲੂਟ ਵੀ ਕਰਾਂਗਾ ਕਿ ਕਿਸੇ ਮੈਂਬਰ ਨੇ ਭਾਵੇਂ ਉਹ ਮਾਈਕ ਤਾਰ ਦੇ ਉੱਤੇ ਕਿਤੇਰੇ ਕਮਜ਼ੋਰ ਵੀ ਹੋ ਗਏਗਾ ਮਗਰ ਉਹਨੇ ਪਾਰਟੀ ਛੱਡਣ ਨਿਕਾਲੀ। ਇਹ ਰਿਸਕ ਫੈਕਟਰ ਜ਼ਿਆਦਾ ਵੱਧ ਨਹੀਂ ਗਿਆ ਸਿਰਸਾ ਸਾਹਿਬ ਦੇ ਜਾਣ ਤੋਂ ਬਾਅਦ? ਨਹੀਂ ਮੈਨੂੰ ਨਹੀਂ ਲੱਗਦਾ ਕਿ ਕੋਈ ਰਿਸਕ ਫੈਕਟਰ ਵਧਿਆ। ਕਿਉਂਕਿ ਪਾਰਟੀ ਦੇ ਵਿੱਚ ਹਰ ਇੱਕ ਪਾਰਟੀ ਦੇ ਨਾਲ ਬੰਦੇ ਤਾਂ ਅਲਾਈਅੰਸ ਹੁੰਦੇ ਹੀ ਨੇ ਨਾ। ਹਰਮਿਤ ਕਾਲਕਾ ਦੇ ਨਾਲ ਵੀ ਬੰਦੇ ਹੋਣ ਨੇ ਮੰਜਨਦਰ ਸਿਰਸਾ ਨਾਲ ਵੀ ਹੋਣੇ ਨੇ। ਦੇਖੋ ਮੈਂ ਇਹ ਗੱਲ ਸਮਝਦਾ ਕਿ ਜਿਹੜਾ ਪਾਰਟੀ ਦੇ ਨਾਲ ਬੰਦਾ ਜੁੜਦਾ ਹੈ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਪਾਰਟੀ ਦੇ ਪ੍ਰਤੀ ਹੁੰਦੀ ਹੈ। ਔਰ ਲੋਕਾਂ ਨੇ ਇਹ ਗੱਲ ਨੂੰ ਬਿਲਕੁਲ ਸਪਸ਼ਟ ਦੇਖਿਆ ਹੈ ਦਿੱਲੀ ਦੇ ਵਿੱਚ ਸਦਾਰ ਮਨਜੀਤ ਸਿੰਘ ਜੀ ਕੇ ਵੀ ਇਸ ਨੂੰ ਲਿਖੇ ਚ ਰਹੇ। ਕਿ ਜਿਸ ਵਕਤ ਮੈਂ ਪਾਰਟੀ ਛੱਡਾਂਗਾ ਤੇ ਮੇਰੇ ਨਾਲ ਸਾਰੀ ਅੱਧੀ ਟੀਮ ਮੈਂ ਲੈ ਕੇ ਚਲੇ ਜਾਵਾਂਗਾ ਉਹ ਵੀ ਉਹਨਾਂ ਦਾ ਵੀ ਭਲੇਖਾ ਮਿਸ਼ਾ ਰਹਿੰਦਾ ਸੀ ਕਿ ਲਿਸਟਾਂ ਬਣਾਓ ਮੇਰੇ ਨਾਲ ਕਿੰਨੇ ਬੰਦੇ ਨੇ ਔਰ ਜਿਸ ਦਿਨ ਗਏ ਸਵਾਇ ਆਪਣੇ ਭਰਾ ਦੇ ਉਹਨਾਂ ਦੇ ਨਾਲ ਕੋਈ ਨਹੀਂ ਗਿਆ ਸਿਰਫ ਇੱਕ ਭਰਾ ਉਹਨਾਂ ਦਾ ਉਹਨਾਂ ਦੇ ਨਾਲ ਗਿਆ ਸੀ ਸਾਰੀ ਪਾਰਟੀ ਇੰਟੈਕਟ ਕੱਢੀ ਸੀ ਸੋ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਜਾਣ ਦੇ باوجود ਵੀ ਕੋਈ ਐਸਾ ਖਤਰਾ ਨਹੀਂ ਹੈ ਕਿਉਂਕਿ ਪਾਰਟੀ ਇੱਕ ਸ਼ੇਦਾ ਦੀ ਜਥੇਬੰਦੀ ਦੇ ਨਾਲ ਸਾਰੇ ਜੁੜ ਗਿਆ ਹੁੰਦੇ ਆ ਲੋਕ ਜਿਹੜੇ ਵੋਟ ਪਾਉਂਦੇ ਨੇ ਉਹ ਅਕਾਲੀ ਦਲ ਨੂੰ ਪਾਉਂਦੇ ਨੇ ਅਕਾਲੀ ਦਲ ਦੀ ਕਿਤੇ ਉਹ ਵਰਕਿੰਗ ਦੇ ਉੱਤੇ ਪਾਉਂਦੇ ਨੇ ਔਰ ਜਿਹੜੀ ਵਰਕਿੰਗ ਅਸੀਂ ਕੀਤੀ ਹੈ ਉਹ ਸਾਰੀ ਦੀ ਸਾਰੀ ਟੀਮ ਵਰਕ ਹੈ ਨਾ ਕਿ ਇੰਡੀਵਿਜੂਅਲ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਸੀ ਨਾ ਹੀ ਸਰਦਾਰ ਰਮੀ ਸਿੰਘ ਕਾਲਕੇ ਦੀ ਸੀ ਸੋ ਕੱਲ੍ਹ ਦਾ ਸਾਹਮਣਾ ਗੱਲਬਾਤ ਜਾਰੀ ਰ ਮਨਜਿੰਦਰ ਸਰਸਾ ਦਾ ਜਾਣਾ ਆਪਣੇ ਆਪ ਦੇ ਵਿੱਚ ਇੱਕ ਅਚੰਭਾ ਪੈਦਾ ਹੋ ਗਿਆ ਇੱਕ ਇੱਕ ਵੱਡਾ ਝਟਕਾ ਦੇਖਿਆ ਜਾ ਰਿਹਾ ਕਿ ਸ਼ਰਮਲੀ ਅਕਾਲੀ ਦਲ ਨੂੰ ਲੱਗਿਆ ਕਿ ਤੁਹਾਡੇ ਨਾਲ ਕੋਈ ਗਲਬਾ ਤੇ ਵੇਦੀ ਹੋਈ ਸੀ ਮਨਜਿੰਦਰ ਸਰਸਾ ਹੋਰਾਂ ਦੀ ਬੜੇ ਸਾਰੇ ਕਿੰਤੂ ਪਰੰਤੂ ਇਹ ਕਿਤੇ ਜਾਣਨੇ ਕਿ ਮਨਜਿੰਦਰ ਸਰਸਾ ਦੇ ਸਾਹਮਣੇ ਆਪਸ਼ਨ ਕੀ ਸੀ ਮਨਜਿੰਦਰ ਸਰਸਾ ਆਪਣੀ ਇਲੈਕਸ਼ਨ ਹਾਰ ਕੇ ਪ੍ਰਧਾਨ ਉਹ ਬਣ ਨਹੀਂ ਸਕਦੇ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਪੰਜਾਬੀ ਟ੍ਰੈਸਟ ਦੇ ਵਿੱਚ ਕਿੰਤੂ ਪਰੰਤੂ ਲੱਗਿਆ ਇਹ ਵੀ ਕਿਹਾ ਜਾ ਰਿਹਾ ਕਿ ਉਹ ਫੇਲ ਕਰ ਦਿੱਤੇ ਜਾਣੇ ਸੀ ਜਾਂ ਹੋ ਗਏ ਸੀਗੇ ਤੀਜੀ ਗੱਲ ਉਹ ਐਮਐਲਏ ਰੇ ਨਹੀਂ ਪਾਰਟੀ ਦੇ ਨਾਲ ਤੁਹਾਡਾ ਤੋੜ ਵਿਛੋੜਾ ਹੋ ਗਿਆ ਬੀਜੇਪੀ ਦੇ ਅਲਾਈਅੰਸ ਕਰਕੇ ਉਹ ਐਮਐਲਏ ਬਣੇ ਸੀਗੇ ਫਿਰ ਮਨਜਿੰਦਰ ਸਰਸਾ ਦੇ ਕੋਲ ਆਪਸ਼ਨ ਕੀ ਬਚਦਾ ਜੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਤਾਂ ਫਿਰ ਕਿੰਤੂ ਪਰੰਤੂ ਕਿਉਂ ਕੀਤਾ ਜਾ ਰਿਹਾ ਦੇਖੋ ਕਿੰਤੂ ਪਰੰਤੂ ਇਹਦੇ ਵਿੱਚ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਉਹ ਗਏ ਨੇ ਪਾਰਟੀ ਤੋਂ ਜਾਣਾ ਔਰ ਪਾਰਟੀ ਨੂੰ ਇਸ ਮੌਕੇ ਦੇ ਉੱਤੇ ਜਿਸ ਵਕਤ ਪਾਰਟੀ ਨੇ ਉਹਨਾਂ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀਆਂ ਸੀ ਕਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੀ ਉਹ ਪਾਰਟੀ ਦੇ ਨੈਸ਼ਨਲ ਸਪੋਕਸਪਰਸਨ ਵੀ ਸੀ ਪਾਰਟੀ ਦੇ ਜਨਰਲ ਸਿਕੱਤਰ ਸੀ ਔਰ ਸਾਰੀ ਦੁਨੀਆ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਕਿ ਸਰਦਾਰ ਸੁਖਬੀਰ ਸਿੰਘ ਖਾਲਸਾਬ ਦੇ ਉਹ ਇੱਕ ਬਲੂ ਵਾਈਟ ਪਰਸਨ ਸੀ ਕਿ ਜਿਹੜੀ ਗੱਲ ਉਹਨਾਂ ਨੇ ਕਰਨੀ ਹੈ ਇੱਕ ਕਿਚਨ ਕੈਬਨਟ ਦੇ ਬੰਦੇ ਸੀ ਸੋ ਇਸ ਕਰਕੇ ਦੁੱਖ ਜ਼ਰੂਰ ਹੁੰਦਾ ਕਿ ਐਫਓਜੇ ਬੰਦੇ ਦੇ ਜਾਨ ਨਾਲ ਪਾਰਟੀ ਨੂੰ ਇੱਕ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਕਿਉਂਕਿ ਦਿਲਾਂ ਦੇ ਵਿੱਚ ਰੋਸ ਆਂਦਾ ਹੈ ਮਗਰ ਔਰ ਕਈ ਗੱਲਾਂ ਐਫ ਜੀ ਹੁੰਦੀਆਂ ਨੇ ਕਿ ਜਿਹਦਾ ਖੁੱਲ ਕੇ ਅਸੀਂ ਨਾ ਅਗੇਂਸਟ ਬੋਲ ਸਕਦੇ ਆ ਕਿਉਂਕਿ ਇਹ ਇੱਕ ਇੱਕ ਸਿਸਟਮ ਦੇ ਵਿੱਚ ਅਸੀਂ ਲੋਕ ਬੰਦੇ ਹੋਇਆ ਸੋ ਮੈਂ ਸਮਝਦਾ ਕਿ ਇਸ ਵਕਤ ਪਾਰਟੀ ਤੋਂ ਬਾਅਦ ਉਹਨਾਂ ਦਾ ਜਾਣਾ ਇਸ ਕਰਕੇ ਪਾਰਟੀ ਨੂੰ ਅਫਸੋਸ ਜ਼ਰੂਰ ਹੈ ਮਗਰ ਨੁਕਸਾਨ ਕੋਈ ਨਹੀਂ ਬੜੇ ਸਾਰੇ ਲੋਕ ਤਾਂ ਹਾਸੇ ਹਾਸੇ ਚ ਇਹ ਵੀ ਕਹਿੰਦੇ ਨੇ ਹਰਮੀਤ ਕਾਲਕਾ ਬਹੁਤ ਖੁਸ਼ ਹੋਏਗਾ ਹਰਮੀਤ ਕਾਲਕਾ ਦਾ ਅੜੀਕਾ ਖਤਮ ਹੋ ਗਿਆ ਦੇਖੋ ਇਹ ਲੋਕਾਂ ਦੀ ਆਪਣੀ ਸੋਚ ਨਹੀਂ ਹੈ ਮਗਰ ਮੈਂ ਹਮੇਸ਼ਾ ਇੱਕੋ ਗੱਲ ਸਮਝੀਏ ਕਿ ਮੈਨੂੰ ਪਾਰਟੀ ਨੇ ਜਿੰਨਾ ਮਾਨ ਦਿੱਤਾ ਹੈ ਸ਼ਾਇਦ ਹੀ ਕਿਸੇ ਨੂੰ ਦਿੱਤਾ ਹੋਵੇ ਜੇ ਦਿੱਲੀ ਦੇ ਵਿੱਚ ਅਗਰ ਦੇਖਿਆ ਜਾਏ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਔਰ ਸਰਦਾਰ ਹਰਮੀਰ ਸਿੰਘ ਕਾਲਕਾ ਨੂੰ ਇਨਾ ਮਾਨ ਮਿਲਿਆ ਪਾਰਟੀ ਦੇ ਕਿ ਜਿਹੜਾ ਆਊਟ ਆਫ ਬਾਕਸ ਵੀ ਲੁੱਕ ਕਹਿ ਸਕਦੇ ਨੇ ਕਿ ਦਿੱਤਾ ਗਿਆ ਸਾਨੂੰ ਪਾਰਟੀ ਦੇ ਵਿੱਚ ਮੈਂ 8 ਸਾਲਾਂ ਦੇ ਵਿੱਚ ਦੁਬਾਰਾ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਮੈਨੂੰ ਮੈਨੂੰ ਐਮਐਲਏ ਬਣਾਇਆ ਪਾਰਟੀ ਨੇ ਮੈਨੂੰ ਮੇਰੀ ਵਾਈਫ ਨੂੰ ਕਾਉਂਸਲਰ ਬਣਾਇਆ ਔਰ ਪਾਰਟੀ ਪ੍ਰਧਾਨ ਕੀਤੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਅੱਜ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਪਾਰਟੀ ਨੂੰ ਇਕੱਠਾ ਕਰਕੇ ਦਿੱਲੀ ਕਮੇਟੀ ਫਾਰਮ ਕਰ ਸਕਦਾ ਹੈ ਇਹ ਇੱਕ ਗੱਲ ਬੜੀ ਅਚੰਭੇ ਵਾਲੀ ਹੈ ਕੱਲ੍ਹ ਕੇ ਸਭ ਕਿਉਂਕਿ ਇਸ ਪੂਰੇ ਇਲੈਕਸ਼ਨ ਕੈਂਪੇਨ ਦੌਰਾਨ ਮੈਂ ਖੁਦ ਕੈਂਪੇਨ ਦੇਖਦਾ ਰਿਹਾ ਮਨਜਿੰਦਰ ਸਰਸਾ ਰਕਾਬਗਨ ਸਾਹਿਬ ਬੰਗਲਾ ਸਾਹਿਬ ਖੜ ਕੇ ਕਹਿੰਦੇ ਹੁੰਦੇ ਸੀਗੇ ਕਿ ਸਾਡਾ ਸੀਸ ਝੁਕਿਆ ਗੁਰਤੇਗ ਪਹਾਦਰ ਦੇ ਦਰ ਤੇ ਤੇ ਉਹਨਾਂ ਦਾ ਸੀਸ ਝੁਕਿਆ ਸਰਕਾਰ ਦੇ ਦਰ ਤੇ ਐਡਾ ਵੱਡਾ ਪਰਿਵਰ ਕੀ ਮਤਲਬ ਫਿਰ ਤੁਹਾਡਾ ਸੀਸ ਹੁਣ ਗੁਰਤੇਗ ਬਹਾਦਰ ਸਾਹਿਬ ਦੇ ਦਰ ਤੇ ਨਾ ਝੁੱਕ ਕੇ ਸਰਕਾਰ ਦੇ ਦਰ ਤੇ ਝੁੱਕ ਗਿਆ ਪਰ ਉਹ ਇਹ ਕਹਿੰਦੇ ਨੇ ਕਿ ਮੇਰਾ ਸੀਸ ਜੇ ਇੱਥੇ ਵੀ ਝੁਕਿਆ ਤਾਂ ਵੀ ਮੈਂ ਸਿੱਖ ਕੌਮ ਲਈ ਆਪਣਾ ਸੀਸ ਝੁਕਾ ਰਿਹਾ ਕਿਉਂਕਿ ਸ਼ਰਮਣੀ ਅਕਾਲੀ ਦਲ ਹੁਣ ਉਹਦੇ ਹੱਥ ਪੱਲੇ ਕੁਝ ਹੈ ਨਹੀਂ ਸ਼ਰਮਣੀ ਅਕਾਲੀ ਦਲ ਉਸ ਹਾਲਾਤ ਦੇ ਵਿੱਚ ਨਹੀਂ ਹੈ ਕਿ ਸਿੱਖਾਂ ਦੇ ਮਸਲੇ ਹੱਲ ਕਰਾ ਸਕੇ ਦੇਖੋ ਇਹ ਤੇ ਸਾਰੀ ਦੁਰੀਆਂ ਨੂੰ ਪਤਾ ਹੈ ਕਿ ਜਿਹੜੇ ਸਿੱਖਾਂ ਦੇ ਇਸ਼ੂਸ ਨੇ ਪਿਛਲੇ 34 ਸਾਲ ਲਗਾਤਾਰ ਲੜਾਈ ਲੜੀ ਅੱਜ 37 ਸਾਲ ਹੋ ਗਏ ਮਗਰ 2 ਸਾਲ ਹੋ ਗਏ ਐਸਆਈਟੀ ਬਣਵਾਏ ਹੋਏ ਸ਼੍ਰੋਮਣੀ ਅਕਾਲੀ ਦਲ ਨੇ 84 ਦੀ ਲੜਾਈ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਲੜੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਸਰਦਾਰ ਮਨਜੀਤ ਸਿੰਘ ਨੇ ਵੀ ਬੜੀ ਕੋਸ਼ਿਸ਼ ਕੀਤੀ ਉਹਦਾ ਕ੍ਰੈਡਿਟ ਲੈਣ ਦੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀ ਹਰ ਗੱਲ ਦੇ ਉੱਤੇ ਕ੍ਰੈਡਿਟ ਆਪਣਾ ਲੈਣ ਦੀ ਗੱਲ ਕਰਦੇ ਨੇ ਮਗਰ ਮੈਂ ਸਮਝਦਾ ਕਿ ਜੋ ਲੜਾਈ ਨੂੰ ਜ਼ਿੰਦਾ ਰੱਖਿਆ ਉਹ ਨੇ ਸ਼੍ਰੋਮਣੀ ਅਕਾਲੀ ਦਲ ਨੇ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਐਲਾਈਅੰਸ ਹੀ ਭਾਜਪਾ ਦੇ ਨਾਲ ਬੀਬਾ ਹਰਸਿਮਰਤ कौर ਬਦਲ ਕੇਂਦਰ ਕੇਂਦਰ ਦੀ ਮੰਤਰੀ ਸੀ ਪ੍ਰਧਾਨ ਮੰਤਰੀ ਤੇ ਪ੍ਰੈਸ਼ਰ ਪਾਇਆ ਐਸਆਈਟੀ ਗਠਨ ਕਰਾਈ ਐਸਆਈਟੀ ਹੋਣ ਤੋਂ ਬਾਅਦ ਅਜੇ ਸੱਜਨ ਕੁਮਾਰ ਨੂੰ ਅੰਦਰ ਕੀਤਾ ਪਰ ਉਹ ਉਹ ਹੀ ਤਾਂ ਗੱਲ ਕਹਿ ਰਹੇ ਨੇ ਨਾ ਹੁਣ ਤੁਹਾਡਾ ਅਲਾਈਅੰਸ ਨਹੀਂ ਹੈ ਹੁਣ ਤੁਸੀਂ ਕੀ ਕਰੋਗੇ ਨਹੀਂ ਅਲਾਈਅੰਸ ਤੁਸੀਂ ਕਿਵੇਂ ਕਰਾ ਸਕਦੇ ਹੋ ਕੇਂਦਰ ਦੇ ਵਿੱਚੋਂ ਆਪਣੇ ਕੰਮ ਨਹੀਂ ਜਿਸ ਪਾਰਟੀ ਦੇ ਨਾਲ ਅਗਰ ਜਿਸ ਵਕਤ ਸਰਕਾਰਾਂ ਬਣ ਜਾਂਦੀ ਹੈ ਮੈਂ ਨਹੀਂ ਸਮਝਦਾ ਕਿ ਖਾਲੀ ਇੱਕ ਪਾਰਟੀ ਦੀ ਰਹਿ ਜਾਂਦੀ ਹੈ ਔਰ ਸਰਕਾਰਾਂ ਦਾ ਇਹ ਆਪਣਾ ਕਿਰਦਾਰ ਵੀ ਇਹੀ ਹੋਣਾ ਚਾਹੀਦਾ ਹੈ ਕਿ ਮੈਂ ਕਿਸੇ ਪਾਰਟੀ ਨੂੰ ਨਾਲ ਲੈ ਕੇ ਇਸ਼ੂਜ਼ ਨੂੰ ਕਰਾਂ ਔਰ ਖਾਸ ਤੌਰ ਤੇ ਉਹਨਾਂ ਦਾ ਚੁਕਾਅ ਮੀਨੋਰਟੀਜ਼ ਵੱਲ ਹੋਣਾ ਚਾਹੀਦਾ ਹੈ ਮੀਨੋਰਟੀਜ਼ ਨੇ ਅਗਰ ਆਪਣੀ ਗੱਲ ਕਰਨੀ ਹੈ ਤੇ ਸਰਕਾਰ ਦਾ ਹਿੱਸਾ ਬਣਨਾ ਜ਼ਰੂਰੀ ਤੇ ਨਹੀਂ ਹੈ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ ਔਰ ਆਵਾਜ਼ ਬੁਲੰਦ ਦਾ ਅੱਜ ਜਿਸ ਤਰੀਕ ਨੂੰ ਤੁਸੀਂ ਮੇਰੇ ਇੰਟਰਵਿਊ ਲੈ ਰਹੇ ਹੋ ਸਭ ਤੋਂ ਵੱਟਾ ਇਤਿਹਾਸ ਗਵਾਇਆ ਕਿ ਜਿਸ ਤਰੀਕੇ ਦੇ ਨਾਲ ਇੱਕ ਸਾਲ ਤੋਂ ਲਗਾਤਾਰ ਕਿਸਾਨ ਵੀਰ ਸਾਡੇ ਬੈਠੇ ਆ ਬਾਰਡਰਾਂ ਦੇ ਉੱਤੇ ਉਹਨਾਂ ਨੇ ਕਿਸੇ ਪਾਰਟੀ ਦੀ ਝੋਲੀ ਜਾ ਕੇ ਮਸਲਾ ਹੱਲ ਨਹੀਂ ਕਰਾਇਆ ਉਹਨਾਂ ਨੇ ਆਪਣਾ ਮਸਲਾ ਹੱਲ ਕਰਾਇਆ ਸਿਧਾਂਤ ਤੇ ਪੈਰਾ ਦੇ ਕੇ ਉਹਨਾਂ ਨੇ ਆਪਣੀ ਜੋ ਡਿਸਪਲਿਨ ਉੱਥੇ ਰੱਖਿਆ ਹੈ 26 ਜਨਵਰੀ ਦਾ ਵਾਕਿਆ ਜ਼ਰੂਰ ਵਾਪਰਿਆ ਹੈ ਮਗਰ ਉਹਦੇ ਪਿੱਛੇ ਕੀ ਸੈਨੈਰੋ ਸੀਓ ਤੁਹਾਨੂੰ ਲੋਕਾਂ ਨੂੰ ਸਾਰਿਆਂ ਨੂੰ ਪਤਾ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਮਗਰ ਜਿਸ ਤਰੀਕੇ ਦੇ ਨਾਲ ਸੈਯੰਮ ਬਣਾ ਕੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਹਲੇ ਵੀ ਆਪਣੇ ਦਮ ਤੇ ਸਿੱਖਾਂ ਦੇ ਮਸਲੇ ਹੱਲ ਕਰਾ ਸਕਦਾ ਹੈ ਜੇ ਤੁਹਾਡੀ ਭਾਈਵਾਲ ਸਰਕਾਰ ਨਾ ਹੋਵੇ ਕੇਂਦਰ ਦੇ ਵਿੱਚ ਤਾਂ ਵੀ ਮੈਨੂੰ ਇੱਕ ਮਿਸਾਲ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਦੇ ਰਿਓ ਕਿ ਪੰਜਾਬ ਦਾ ਕਿਸੇ ਮਸਲਾ ਪੰਜਾਬ ਦੇ ਕਿਸੇ ਇਸ਼ੂ ਦੇ ਉੱਤੇ ਕੋਈ ਹੋਰ ਪਾਰਟੀ ਨੇ ਅੱਗੇ ਆ ਕੇ ਮਸਲਾ ਹੱਲ ਕਰਾਇਆ ਹੋਵੇ ਕੋਈ ਚਾਹੇ ਅਸੀਂ ਨਨਕਾਣਾ ਸਾਹਿਬ ਤੋਂ ਸ਼ੁਰੂ ਕਰੀਏ ਤੇ ਆਖਰੀ 84 ਦੀ ਮੈਂ ਤੁਹਾਨੂੰ ਮਿਸਾਲ ਦਿੰਦੀ ਐ ਜਿਹੜੇ ਜਿਹੜਾ ਫੈਸਲਾ ਕਰਾਇਆ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਵੱਲ ਦੇ ਉੱਤੇ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਦਾ ਸਾਥ ਨਹੀਂ ਲਿਆ ਇਸ ਚੀਜ਼ ਦੇ ਉੱਤੇ ਭਾਵੇਂ ਸਰਕਾਰਾਂ ਆਪਣੇ ਸਾਥ ਦੀਆਂ ਸੀ ਜਾਂ ਭਾਵੇਂ ਉਲਟ ਸੀ ਜੇ ਉਸ ਵਕਤ ਕਾਂਗਰਸ ਦੀ ਸਰਕਾਰ ਰਹੀ ਐ ਕੋਈ ਐਸਾ ਮਹੀਨਾ ਕੋਈ ਐਸਾ ਵਾਕਿਆ ਨਹੀਂ ਹੁੰਦਾ ਸੀ ਕਿ ਜਿਹਨੂੰ ਇਸ਼ੂ ਉਸ ਇਸ਼ੂ ਨੂੰ ਸ਼ਰੋਨੀਆ ਕਾਲੀਦਲ ਨੇ ਨਹੀਂ ਚੁੱਕਿਆ ਔਰ ਸੋਨੀਆ ਗਾਂਧੀ ਦੇ ਘਰ ਦੇ ਬਾਹਰ ਧਰਨੇ ਨਹੀਂ ਦਿੱਤੇ ਗਏ ਹੁਣ ਸੱਜਨ ਕੁਮਾਰ ਟੈਟਲਰ ਔਰ ਕਮਲਨਾਥ ਦੇ ਪੁਤਲੇ ਨਾ ਫੂਕੇ ਗਏ ਸੋ ਇਹ ਲੜਾਈਆਂ ਪਾਰਟੀ ਲੈਵਲ ਤੇ ਲੜੀਆਂ ਜਾਂਦੀਆਂ ਇਹ ਹੁਣ ਧਰਨੇ ਇਹ ਪੁਤਲੇ ਫੂਕ ਮੁਜ਼ਾਰੇ ਭਾਜਪੀ ਦੇ ਬਾਰੇ ਵੀ ਹੋਣਗੇ ਜੇ ਸਾਡਾ ਜੇ ਸਾਡਾ ਸੌਫਟ ਕੋਰਨਰ ਹੈ ਹਲੇ ਵੀ ਤੁਹਾਨੂੰ ਨਹੀਂ ਦੇਖੋ ਭਾਜਪੀ ਨੇ ਭਾਜਪੀ ਦੇ ਬਾਰੇ ਇੱਕ ਮੈਂ ਗੱਲ ਕਾ ਸਕਦਾ ਕਿ ਜਿਸ ਵਕਤ ਸਾਡਾ ਅਲਾਈਨਸ ਸੀ ਉਹਨਾਂ ਨੇ ਸਾਡੇ ਚੁੱਕੇ ਹੋਏ ਇਸ਼ੂਜ਼ ਦੇ ਉੱਤੇ ਸਾਡਾ ਸਾਥ ਦਿੱਤਾ ਇਸ ਚੀਜ਼ ਦੇ ਉੱਤੇ ਉਸ ਚੀਜ਼ ਦੇ ਉੱਤੇ ਮੈਂ ਡਿਨਾਈ ਨਹੀਂ ਅਸੀਂ ਕਰ ਸਕਦੇ ਮਗਰ ਇਹਦਾ ਕੋਈ ਕ੍ਰੈਡਿਟ ਪਰਸਨਲ ਆਪਣੇ ਉੱਤੇ ਲੈਣ ਦੀ ਕਰ ਕਰੇ ਕੋਈ ਨਹੀਂ ਲੈ ਸਕਦਾ ਅੱਜ ਬੀਬਾ ਹਰਸਿਮਰਤ कौर ਬਦਲਦਾ ਮੈਂ ਵਾਰ-ਵਾਰ ਤੁਹਾਡੇ ਨਾਮ ਲੈ ਰਿਹਾ ਜੇ ਅਕਾਲੀ ਦਲ ਉਹਨਾਂ ਨੂੰ ਟਿਕਟ ਨਾ ਦਿੰਦਾ ਮੈਂਬਰ ਪਾਰਲੀਮੈਂਟ ਨਾ ਬਣਾਉਂਦਾ ਤਾਂ ਕਿਆ ਕ੍ਰੈਡਿਟ ਬੀਬਾ ਜੀ ਨੂੰ ਜਾਂਦਾ ਇਹ ਅਕਾਲੀ ਦਲ ਦਾ ਕ੍ਰੈਡਿਟ ਹੈ ਕੱਲ ਖੜੇ ਹੋ ਕੇ ਬੀਬਾ ਜੀ ਕਲ ਪਾਰਟੀ ਤੋਂ ਬਾਹਰ ਹੋ ਕੇ ਕਹਿ ਦਿਨ ਕੀ ਜੀ ਮੈਂ ਕੰਮ ਕਰਾਇਆ ਨਹੀਂ ਹੋ ਸਕਦਾ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਮੈਂਬਰ ਪਾਰਲੀਮੈਂਟ ਬਣਾਇਆ ਤੇ ਅੱਜ ਉਹਨਾਂ ਨੇ ਇਸ਼ੂ ਚੁੱਕਿਆ ਅੱਜ ਹਰਮੀਤ ਸਿੰਘ ਅਗਰ ਕਿਸੇ ਨੂੰ ਇਸ਼ੂ ਚੁੱਕਦਾ ਹੈ ਅੱਜ ਕਿਸਾਨ ਵੀਰਾਂ ਦੀ ਅਸੀਂ ਜ਼ਮਾਨਤਾ ਕਰਾਈਆ ਸਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮਾ ਚਲੋ ਮੈਂ ਉਸ ਤੋਂ ਬਾਅਦ ਆਵਾਂਗਾ ਸਿੱਕਮ ਦੇ ਸਿੱਖ ਹੋਣ ਜਾਂ ਜੰਮੂ ਕਸ਼ਮੀਰ ਦੇ ਸਿੱਖ ਹੋਣ ਉਹ ਬੜੇ ਦੁਬਦਾ ਦੇ ਵਿੱਚ ਨੇ ਵੀ ਹੁਣ ਸਾਡੀ ਬਾਹ ਕੌਣ ਫੜੇਗਾ ਮਨਜਿੰਦਰ ਸਰਸਾ ਕਰਨੇ ਡਾਂਗ ਮਾਰਦਾ ਇਸ਼ੂ ਮੈਂ ਹੱਲ ਕਰਾਵਾਂਗਾ ਮੈਂ ਹੀ ਆਵਾਜ਼ ਚੁੱਕੀ ਸੀ ਮੈਂ ਹੀ ਦਾ ਮਸਲਾ ਹੱਲ ਕਰਾਵਾਂਗਾ ਜੰਮੂ ਕਸ਼ਮੀਰ ਦੇ ਵਿੱਚ ਮਿਨੋਰਟੀ ਲਿਸਟ ਦੇ ਵਿੱਚ ਸਿੱਖ ਨਹੀਂ ਨੇ ਮੈਂ ਹੱਲ ਕਰਾਵਾਂਗਾ ਹੁਣ ਮੈਂ ਇਹ ਸਮਝਣਾ ਚਾਹਨਾ ਕਿ ਜੇਕਰ ਮਨਜਿੰਦਰ ਸਰਸਾ ਦਿੱਲੀ ਕਮੇਟੀ ਤੋਂ ਅਲੱਗ ਹੋ ਗਏ ਤਾ ਕੀ ਉਹ ਰੂਪਰੇਖਾ ਉਮੀਦ ਹੀ ਰਹੇਗੀ ਜਾਂ ਫਿਰ ਡਗਮਗਾ ਕੇ ਸਭ ਕੁਝ ਦੇਖੋ ਮੈਂ ਇੱਕ ਗੱਲ ਚਾਹੁੰਦਾ ਵਾਂ ਕਿ ਅਗਰ ਨੀਅਤ ਹੋਏ ਤੇ ਸਾਰੇ ਕੰਮ ਹੋ ਜਾਂਦੇ ਹਨ ਕਿਉਂਕਿ ਨੀਅਤ ਬੜੀ ਵੱਡੀ ਚੀਜ਼ ਹੈ ਕਿ ਤੁਸੀਂ ਕੀ ਸ਼ੂ ਕਰਾਣੇ ਨੇ ਕਿ ਨਹੀਂ ਕਰਾਣੇ ਸਰਕਾਰ ਤਾਂ ਹਿੱਸਾ ਬਣ ਕੇ ਤੁਸੀਂ ਕਰਾਓ ਸਾਨੂੰ ਖੁਸ਼ੀ ਹੈ ਤੁਸੀਂ ਅਗਰੇ ਕੰਮ ਕਰਾ ਸਕਦੇ ਹੋ ਤੇ ਜ਼ਰੂਰ ਕਰਾਓ ਮਗਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਅਕਾਲੀ ਦਲ ਸਮਰਥਾ ਨਹੀਂ ਹੈ ਅਕਾਲੀ ਦਲ ਕੋਲ ਕਿ ਇਹ ਕੰਮ ਕਰਾਣ ਦੀ ਮਨਜਿੰਦਰ ਸਿੰਘ ਸਿਰਸਾ ਉਹਦੇ ਕੰਮ ਕਰਾਂ ਸਿੱਖ ਹੈਗੇ ਨੇ ਸਿੱਖਾਂ ਦੇ issues ਚੁਕਨੇ ਚਾਹੀਦੇ ਨੇ ਔਰ ਮੈਂ ਤੇ ਕਹਿੰਦਾ ਕਿ BJP ਦੇ ਵਿੱਚ ਬਾਕੀ ਜਿਹੜੇ ਸਿੱਖ ਨੇ ਉਹਨਾਂ ਨੂੰ ਵੀ ਪ੍ਰੇਰਿਤ ਕਰਨੀ ਪਰ ਇਹ ਇਹ ਮੁੱਦਾ ਮਨਜਿੰਦਰ ਸਿਰਸਾ ਨੇ ਚੁੱਕਿਆ ਸੀ ਕਿ ਕਮੇਟੀ ਨੇ ਚੁੱਕਿਆ ਸੀ ਬਿਲਕੁਲ ਸਪਸ਼ਟੀ ਕਰਨ ਦਿਓ ਬਿਲਕੁਲ ਇਹ ਮੁੱਦਾ ਜਿਹੜੇ ਇਹ ਮੁੱਦੇ ਲੈ ਨੇ ਉਹਨਾਂ ਨੇ ਤੁਸੀਂ ਇੱਕ ਮੁੱਦਾ ਹੋਰ ਛੋੜਤਾ ਗਿਆਨ ਗੋਦਰੀ ਦਾ ਗਿਆਨ ਗੋਦਰੀ ਦਾ ਜੀ ਇਹ ਮੁੱਦੇ ਤੱਦਦੇ ਨੇ ਜਦ ਰਾਜਨੀਤੀ ਦੇ ਵਿੱਚ ਸਦਾ ਮਨਜਿੰਦਰ ਸਿੰਘ ਸਿਰਸਾ ਪੈਦਾ ਵੀ ਨਹੀਂ ਹੋਏ ਸੀ ਸਾਮ ਜਿੰਦਰ ਸਿੰਘ ਸਿਰਸਾ ਨੇ ਜਿਸ ਵਕਤ ਇਹ ਇਸ਼ੂ ਸੁਨੇ ਨੇ ਉਸ ਤੋਂ ਬਾਅਦ ਇਹਨੂੰ ਟੇਕਓਵਰ ਕਰਨ ਦੀ ਗੱਲ ਕੀਤੀ ਹੈ ਔਰ ਇਹ ਹਮੇਸ਼ਾ ਅਕਾਲੀ ਦਲ ਕਰਦਾ ਆਇਆ ਔਰ ਦਿੱਲੀ ਕਮੇਟੀ ਕਿਉਂਕਿ ਇੱਕ ਸਰਮੌਰ ਸੰਸਦਾ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਔਰ ਇੱਕ ਇਸ਼ੂ ਚੁੱਕਦੀ ਆਈ ਹੈ ਔਰ ਵਕਤ ਸਿਰ ਜੇ ਕਮੇਟੀਆਂ ਬਦਲਦੀਆਂ ਨੇ ਮਗਰ ਅੱਜ 84 ਦੀ ਲੜਾਈ ਪਾਵੇਂ ਅਸੀਂ ਬਾਹਰ ਸੀ ਆਪੋਜੀਸ਼ਨ ਹੀ ਸੀ ਅਕਾਲੀ ਦਲ ਮਗਰ ਲੜਾਈ ਲੜਦਾ ਰਿਹਾ ਸੋ ਇਹ ਇਸ਼ੂ ਹਮੇਸ਼ਾ ਪਾਰਟੀ ਨੇ ਚੁੱਕੇ ਨੇ ਔਰ ਪਾਰਟੀ ਅੱਗੇ ਵੀ ਚੁੱਕਦੀ ਰਹੇਗੀ ਕਿਸੇ ਸਿੱਖ ਭਰਾ ਨੂੰ ਇਸ ਗੱਲ ਦੀ ਨਮੂਸ਼ੀ ਨਹੀਂ ਹੋਣੀ ਚਾਹੀਦੀ ਕਿ ਸਾਡਾ ਅਲਾਈਂਸ ਟੁੱਟਿਆ ਅਸੀਂ ਅਗਰ ਅਲਾਈਂਸ ਤੋਂ ਬਾਅਦ ਇਲੈਕਸ਼ਨਾਂ ਹੋ ਜਾਣੀਆਂ ਐ ਇਲੈਕਸ਼ਨਾਂ ਤੋਂ ਬਾਅਦ ਅਸੀਂ ਅੱਖਾਂ ਚੱਖਾ ਪਾ ਕੇ ਸਰਕਾਰਾਂ ਨਾਲ ਗੱਲ ਕਰਨ ਵਾਲੇ ਬੰਦੇ ਆ ਔਰ ਔਰ ਇਹ ਕਰਕੇ ਦਿਖਾਇਆ 100 ਸਾਲ ਦਾ ਇਤਿਹਾਸ ਹੈ ਸ਼ਰਮਣੀ ਅਕਾਲੀ ਦਲ ਦਾ ਕਿ ਪੈਰਾਂ 'ਚ ਪੈ ਕੇ ਅੱਜ ਤੱਕ ਕਦੀ ਕੰਮ ਨਹੀਂ ਹੋਇਆ ਫਿਰ ਇਹ ਇਹ ਤਿੰਨੇ ਮੁੱਦੇ ਜਿਹੜੇ ਨੇ ਉਹ ਤਿੰਨੇ ਮੁੱਦੇ ਕੈਰੀ ਫਾਰਮਡ ਰਹਿਣਗੇ ਤੁਸੀਂ ਥੱਲੇ ਥੱਲੇ ਤਿੰਨੋਂ ਮੁੱਦੇ ਨਹੀਂ ਸਿੱਖ ਸਿੱਖ ਕੌਮ ਦਾ ਕੋਈ ਵੀ ਮੁੱਦਾ ਜਿਹੜਾ ਪੈਂਡਿੰਗ ਪਿਆ ਜਾਂ ਆ ਕੇ ਆਉਣ ਵਾਲੇ ਸਮਝਦੇ ਹੁੰਦੇ ਹੈ ਸ਼੍ਰੋਮਣੀ ਅਕਾਲੀ ਦਲ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲਕੁਲ ਚੁਕੇਗੇ ਸੋ ਕੱਲ ਕਾ ਸਾਹਮਣਾ ਗੱਲਬਾਤ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਦਿੱਲੀ ਕਮੇਟੀ ਦੇ ਉੱਤੇ ਹਲੇ ਵੀ ਖਤਰੇ ਤੇ ਬੱਦਲ ਮੰਡਰਾਏ ਹੋਏ ਨੇ ਜਾਂ ਤੁਹਾਨੂੰ ਵਿਸ਼ਵਾਸ ਹੈ ਜਾਂ ਤੁਸੀਂ ਦਾਵਾ ਕਰਦੇ ਹੋ ਕਿ ਸ਼ਰਮਣੀ ਅਕਾਲੀ ਦਲ ਹੀ ਦਿੱਲੀ ਦੀ ਕਮੇਟੀ ਬਣਾਏਗਾ ਦੇਖੋ ਸਭ ਤੋਂ ਪਹਿਲੀ ਗੱਲ ਕਿ ਮੈਂ ਉਸ ਅਕਾਲਪੁਰਖ ਤੇ ਪੂਰਾ ਵਿਸ਼ਵਾਸ ਰੱਖਦਾ ਔਰ ਆਪਣੀ ਕੰਮ ਕਰਨ ਦੀ ਨੀਤੀ ਔਰ ਨੀਅਤ ਜਿਹੜੀ ਹੈ ਮੇਰੀ ਬਿਲਕੁਲ ਸਾਫ਼ ਹੈ ਔਰ ਲੋਕਾਂ ਨੇ ਇਸ ਗੱਲ ਦੇ ਉੱਤੇ ਵਿਸ਼ਵਾਸ ਕੀਤਾ ਜਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਵੀ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਹਮਲਾ ਕੀਤਾ ਜਿਸ ਤਰ੍ਹਾਂ ਕੇ ਨਾਲ ਸਰਕਾਰਾਂ ਦੇ ਯੂਜ਼ ਹੋਏ ਮੈਂ ਬੜਾ ਵੱਡਾ ਮੈਨੂੰ ਇੱਥੋਂ ਸੰਗਤ ਨੇ ਫਤਵਾ ਦਿੱਤਾ ਔਰ ਸੰਗਤ ਦਿੱਲੀ ਦੀ ਅੱਜ ਸਾਡੇ ਨਾਲ ਖਲੋਤੀ ਹੈ ਸਾਡੇ ਮੈਂਬਰ ਸਾਡੇ ਨਾਲ ਖਲੋਤੇ ਨੇ ਮੈਂਬਰ ਕੋਈ ਵਿਕਾਉ ਨਹੀਂ ਹੈ ਮੈਂਬਰ ਨੇ ਹਾਲ ਦੇਖ ਲਿਆ ਜਿਹੜਾ ਬੰਦਾ ਪਾਰਟੀ ਛੱਡ ਕੇ ਜਾਂਦਾ ਉਹਦੇ ਕਿਸ ਤਰੀਕੇ ਨਾਲ ਪੁਤਲੇ ਫੁਕਦੇ ਨੇ ਉਹਦੇ ਉਹਦੇ ਘਰਾਂ ਦੇ ਬਾਹਰ ਕਿਸ ਤਰ੍ਹਾਂ ਮੁਜ਼ਾਹਿਰੇ ਹੁੰਦੇ ਨੇ ਅੱਜ ਹਰ ਮੈਂਬਰ ਨੂੰ ਇੱਕ ਐਗਜ਼ਾਮਪਲ ਛੱਡ ਕੇ ਸਰਦਾਰ ਬੰਜਿੰਦਰ ਸਿੰਘ ਜੀ ਦਾ ਕਿ ਭਾਵੇਂ ਮੈਂ ਸਰਕਾਰ ਦੀ ਗੋਦ ਚ ਜਾ ਕੇ ਬੈਠ ਰਿਹਾ ਮਗਰ ਮੈਨੂੰ ਸੰਗਤ ਨੇ ਕੋਈ ਪ੍ਰਮਾਣ ਨਹੀਂ ਦਿੱਤੀ ਫੇਸਬੁਕਾਂ ਤੇ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਸਕਦੇ ਹੋ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਬੋਲਣਾ ਮਗਰ ਹਰ ਮੈਂਬਰ ਨੂੰ ਇਹ ਸਪੱਸ਼ਟ ਚੱਲ ਗਿਆ ਕਿ ਜਿਹੜੀ ਆਪਣੀਆਂ ਪਾਰਟੀਆਂ ਛੱਡ ਕੇ ਜਾਂਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਔਰ ਇਸ ਕਰਕੇ ਮੈਂਬਰਾਂ ਦਾ ਬਿਲਕੁਲ ਸਟੈਂਡ ਥਲੀਅਰ ਹੈ ਤੁਸੀਂ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰੋ ਤੁਸੀਂ ਉਹਨਾਂ ਨੂੰ ਲਾਲਚ ਦੇਣ ਦੀ ਕਿਸੇ ਟਿਕਟਾਂ ਦੀ ਕਰੋ ਪਾਰਟੀ ਦੀ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਪਾਰਟੀ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਟਿਕਟਾਂ ਦੀ ਆਫਰ ਕਰਦੀ ਹੈ ਦੂਜੇ ਪਾਸੇ ਭਾਜਪਾ ਦੇ ਨਾਲ ਹੱਥ ਮਿਲਾਉਣ ਦੀ ਗੱਲ ਕਰਦੀ ਹੈ ਮੈਨੂੰ ਤਾਂ ਇਹ ਲੋਕਾਂ ਦਾ ਸਟੈਂਡ ਹੀ ਨਹੀਂ ਸਮਝ ਆਉਂਦਾ ਔਰ ਗਮ ਕੀ ਕਰਨਾ ਹੈ ਗੁਰਦੁਆਰੇ ਦੀ ਸੇਵਾ ਕਰਨੀ ਹੈ ਜੇ ਗੁਰੂ ਘਰ ਦੀ ਸੇਵਾ ਕਰਨੀ ਹੈ ਤੁਸੀਂ ਪੈਸੇ ਤੇ ਲਾਲਚ ਦੇ ਸਕਦੇ ਹੋ ਨਾ ਤੇ ਮੇਰੇ ਕੋਲ ਹੈ ਨਹੀਂ ਨਾ ਮੈਂ ਕਿਸੇ ਨੂੰ ਦੇ ਸਕਦਾ ਕਲਕਸਾਭ ਇੱਕ ਗੱਲ ਸਮਝ ਨਹੀਂ ਆਉਂਦੀ ਤੁਸੀਂ ਵਾਰ-ਵਾਰ ਸਰਕਾਰ ਦਾ ਨਾਮ ਲੈਂਦੇ ਹੋ ਬੀਜੇਪੀ ਦਾ ਕੀ ਇੰਟਰਸਟ ਹੈ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣਾਂ ਦੇ ਵਿੱਚ ਐਕਸਵਾਈਜ਼ ਜਿਹੜਾ ਮਰਜੀ ਪ੍ਰਧਾਨ ਬਣੇ ਜਿਹੜੀ ਮਰਜੀ ਪਾਰਟੀ ਆਵੇ ਬੀਜੇਪੀ ਤਾਂ ਇਲੈਕਸ਼ਨ ਨਹੀਂ ਲੜ ਰਹੀ ਦੇਖੋ ਮੇਰਾ ਜਿਹਦਾ ਅਖਤਿਆਰ ਵੀ ਨਹੀਂ ਹੈ ਫਿਰ ਉਹ ਉਹ ਉਹਨਾਂ ਦੀ ਦਖਲਅੰਦਾਜ਼ੀ ਕਿਉਂ ਗਈ ਦੇਖੋ ਮੇਰਾ ਮੇਰਾ ਸਰਕਾਰਾਂ ਦੇ ਨਾਲ ਮਤਲਬ ਇਹ ਨਹੀਂ ਹੈ ਕਿ ਕੱਲਾ ਮੈਂ ਬੀਜੇਪੀ ਦੀ ਗੱਲ ਕਰ ਰਿਹਾ ਮੈਂ ਆਮ ਆਦਮੀ ਪਾਰਟੀ ਫਾ ਉਹਨਾਂ ਦੇ ਸਾਰੀ ਦੁਨੀਆ ਨੂੰ ਪਤਾ ਹੈ ਕਿਸੇ ਮੈਂਬਰ ਨੂੰ ਜਾ ਕੇ ਪੁੱਛ ਲੋ ਕਿ ਅਕਾਲੀ ਦਲ ਦੇ ਖਿਲਾਫ ਹਰ ਮੈਂਬਰ ਮੰਡਲ ਲੈਵਲ ਤੱਕ ਜਾ ਕੇ ਭਾਜਪਾ ਦੇ ਬੰਦੇ ਕਾਰਕਟਰ ਸਾਡੇ ਅਗੇਂਸ ਟੇਬਲਾਂ ਤੇ ਬੈਠੇ ਆ ਆਮ ਆਦਮੀ ਪਾਰਟੀ ਦੇ ਕਾਰਕਟਰ ਨੇ ਘਰ ਘਰ ਜਾ ਕੇ ਕਿਉਂਕਿ ਉਹਨਾਂ ਦਾ ਟਾਰਗੇਟ ਆਉਣ ਵਾਲੀ ਪੰਜਾਬ ਦੀ ਇਲੈਕਸ਼ਨਸ ਨੇ ਇਸ ਕਰਕੇ ਉਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਨੇ ਔਰ ਮੈਂ ਸਮਝਦਾ ਕਿ ਦਿੱਲੀ ਦੇ ਸਿੱਖਾਂ ਨੇ ਇੱਕ ਗੱਲ ਦਾ ਇਹ ਫੈਸਲਾ ਦਿੱਤਾ ਕਿ ਜੋ ਵੀ ਕੌਮ ਦੀ ਸਰਬੋਤਮ ਉਸ ਰਮੋਰ ਜੱਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਜੋ ਪੰਥ ਦਾ ਚਿਹਰਾ ਬਣ ਸਕਦੀ ਆਣ ਬਲੇ ਉਹਦਾ ਉਹਨਾਂ ਨੇ ਫਤਵਾ ਦਿੱਤਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਇਹਦੇ ਉੱਤੇ ਅਮਲ ਕਰਨਾ ਚਾਹੀਦਾ ਤੁਹਾਡੀ ਪਾਰਟੀ ਤੋਂ ਜਦੋਂ ਪੁੱਛਿਆ ਗਿਆ ਕਿ ਮਨਜਿੰਦਰ ਸਰਸਾ ਤੁਹਾਡੀ ਪਾਰਟੀ ਕਿਉਂ ਛੱਡ ਕੇ ਤੁਹਾਡੀ ਪਾਰਟੀ ਪ੍ਰਧਾਨ ਨੇ ਕਿਹਾ ਕਿ ਬੰਦੂਕ ਰੱਖ ਕੇ ਸਿਰ ਤੇ ਬੰਦੂਕ ਰੱਖ ਕੇ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਗਈ ਹੈ ਐ ਇਦਾਂ ਦੀ ਕਿਹੜੀ ਗੱਲ ਸੀ ਇਦਾਂ ਦਾ ਕਿਹੜਾ ਕੰਮ ਸੀਗਾ ਜਿਹੜਾ ਮਨਜਿੰਦਰ ਸਰਸਾ ਦਾ ਸੀਗਾ ਜਿਸ ਕਰਕੇ ਉਹਨਾਂ ਨੂੰ ਡਰ ਸੀਗਾ ਉਹ ਈਡੀ ਦੀ ਵੀ ਗੱਲ ਕਰਦੇ ਨੇ ਇਨਕਮ ਟੈਕਸ ਦੀ ਵੀ ਗੱਲ ਕਰਦੇ ਨੇ ਕੋਈ ਮਾਮਲੇ ਖੋਲਣ ਦੀ ਵੀ ਗੱਲ ਕਰਦੇ ਨੇ ਕੀ ਤੁਸੀਂ ਆਪਣੀ ਪਾਰਟੀ ਲਾਈਨ ਦੇ ਨਾਲ ਸਹਿਮਤ ਹੋ ਕੀ ਇਦਾਂ ਦਾ ਡਰਾਵਾ ਦੇ ਕੇ ਬੀਜਪੀ ਨੇ ਸ਼ਾਮਿਲ ਕਰਾਇਆ ਦੇਖੋ ਮੈਂ ਸਦਾਰਸ਼ਕ ਵੀਰ ਸਿੰਘ ਬਾਦਲ ਸਾਹਿਬ ਦੀ ਗੱਲ ਤੇ ਬਿਲਕੁਲ ਸਹਿਮਤ ਹਾਂ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਨੇੜਤਾ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਆਪਸੀ ਵਿਸ਼ਵਾਸ ਬਣਿਆ ਸੀ ਇੱਕ ਪੈਸੇ ਦੀ ਵੀ ਆ퍼 ਸੀ ਚਮਨ ਮਟਾਵ ਨਹੀਂ ਸੀ ਸੋ ਇਸ ਤੋਂ ਬਾਅਦ ਵੀ ਅਗਰ ਕੋਈ ਬੰਦਾ ਪਾਰਟੀ ਛੱਡ ਕੇ ਜਾਂਦਾ ਹੈ ਤੇ ਉੱਥੋਂ ਸਾਫ ਪਤਾ ਚੱਲਦਾ ਹੈ ਔਰ ਉਹਨਾਂ ਨੇ ਜਿਹੜਾ ਵਟਸਐਪ ਮੈਸੇਜ ਤਾਂ ਲੋਕਾਂ ਨੂੰ ਦਿਖਾਇਆ ਕਿ ਦੇ ਆਰ ਗੋਇੰਗ ਟੂ ਅਰੈਸਟ ਮੀ ਜਿਹੜਾ ਸਿਤਾ ਜੀ ਨੇ ਉਹਨਾਂ ਨੂੰ ਪਾਇਆ ਉਹਨਾਂ ਨੇ ਮੈਨੂੰ ਵੀ ਉਸੇ ਦਿਨ ਸਵੇਰੇ 10:30 ਵਜੇ ਦਿਖਾਇਆ ਵੀ ਸੀ ਔਰ ਕੀ ਕਿਉਂਕਿ ਪ੍ਰੈਸ਼ਰ ਦਬਾਅ ਸੀ ਕੀ ਕੰਮ ਕਰਕੇ ਸੀ ਕਿਸ ਕਰਕੇ ਸੀ ਮੈਂ ਉਹਦੇ ਬਾਰੇ ਨਹੀਂ ਗੱਲ ਕਰ ਸਕਦਾ ਮਗਰ ਮੇਰੇ ਸਾਹਮਣੇ ਤੇ ਉਹੀ ਗੱਲ ਕੀਤੀ ਗਈ ਸੀ ਪਰ ਅੱਜ ਹਰਮਿਤ ਸਿੰਘ ਗੱਲ ਕਰਨ ਉਹ ਮੈਸੇਜ ਆ ਜਾਂਦਾ ਕੱਲ ਨੂੰ ਵੀ ਅਸੀਂ ਤੁਹਾਨੂੰ ਅੰਦਰ ਕਰ ਦਾਂਗੇ ਨਹੀਂ ਤਾਂ ਬੀਜੇਪੀ ਜੁਆਇਨ ਕਰੋ ਫਿਰ ਤੁਹਾਡਾ ਕੀ ਰੁਖ ਹੋਏਗਾ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਮੈਂ ਰਾਜਨੀਤਿਕ ਆਦਮੀ ਬਾਚੋਂ ਬਣਿਆ ਮੈਂ ਪਹਿਲੇ ਧਾਰਮਿਕ ਬੰਦਾ ਵਾ ਔਰ ਧਰਮ ਦੀ ਸਿਆਸਤ ਕਰਨ ਵਸੇ ਜਿਸ ਵਕਤ ਮੈਂ ਇੱਥੇ ਆਇਆ ਸੀ ਐਂਟਰੀ ਕੀਤੀ ਮੈਂ ਤੇ ਬਾਈ ਡਿਫਾਲਟ ਐਮਐਲਏ ਬਣਿਆ ਕਿਉਂਕਿ ਔਰ ਉਸ ਤੋਂ ਬਾਅਦ ਜਿਹੜੀ ਮੇਰੇ ਮਿਸਿਸ ਨੂੰ ਇੱਥੇ ਬੀਜੇਪੀ ਨੇ ਕਾਉਂਸਲਰ ਬਣਾਇਆ ਬੀਜੇਪੀ ਨੇ ਚੇਅਰਮੈਨ ਨਹੀਂ ਦਿੱਤਿਆ ਜਿਸ ਦਿਨ ਪਾਰਟੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਅਲਾਈਅንስ ਤੋੜਿਆ ਮੈਂ ਉਸੇ ਦਿਨ ਮੈਨੂੰ ਨਾ ਕਿਸੇ ਪ੍ਰਧਾਨ ਨੇ ਬੋਲਿਆ ਨਾ ਮੈਨੂੰ ਕਿਸੇ ਪਾਰਟੀ ਦੇ ਹਾਈ ਕਮਾਂਡ ਨੇ ਕਿਹਾ ਕਿ ਉਹ ਇਸਤਫਾ ਦਿਓ ਮ ਉਦੇ علاوہ ਅਸੀਂ ਕਈ ਕਾਉਂਸਲਰਸ ਨੂੰ ਕਿਹਾ ਵੀ ਜਿਨ੍ਹਾਂ ਦੀ ਆਪਣੀ ਮਰਜ਼ੀ ਸੀ ਉਹ ਉਹਨਾਂ ਨੇ ਸਟੈਂਡ ਨਹੀਂ ਲਿਆ ਮਗਰ ਮੈਂ ਸਮਝਦਾ ਕਿ ਜਿਹੜੀ ਕੌਮ ਨੇ ਜਿਹੜੀ ਪੰਥ ਨੇ ਤੁਹਾਨੂੰ ਇੰਨਾ ਵੱਡਾ ਮਾਨ ਦਿੱਤਾ ਓਏ ਤੁਹਾਡਾ ਕੀ ਕਹਿੰਦੇ ਨੇ ਫਰਜ਼ ਬੰਦਾ ਉਹਦੇ ਤਾਂ ਅਗਰ ਮੇਰੇ ਤੇ ਕੋਈ ਐਸਾ ਰਬਨਾ ਕਰੇ ਦਬਾਅ ਪਿਆ ਤੇ ਮੈਂ ਘਰ ਬੈਣਾ ਪਸੰਦ ਕਰਾਂਗਾ ਇਨਸਟੈਡ ਆਫ ਕਿ ਕਿਸੇ ਪ੍ਰੈਸ਼ਰ ਵਿੱਚ ਜਾ ਕੇ ਮੈਂ ਕਿਸੇ ਦੇ ਥੱਲੇ ਲੱਗਾਂ ਬੜੀ ਚਰਚਾ ਇਹ ਵੀ ਸੀ ਤੁਹਾਡੀ ਪਾਰਟੀ ਦੇ ਵਿੱਚ ਵੀ ਇਹ ਗੱਲਾਂ ਹੁੰਦੀਆਂ ਰਹੀਆਂ ਕਿ ਮਨਜਿੰਦਰ ਸਿਰਸਾ ਹੀ ਨਹੀਂ ਬੜੇ ਸਾਰੇ ਹੋਰ ਲੋਕ ਨੇ ਜਿਨ੍ਹਾਂ ਤੇ ਪਰਚੇ ਕੀਤੇ ਗਏ ਜਿਨ੍ਹਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਪਰ ਸਟੈਂਡ ਮਨਜਿੰਦਰ ਸਰਸਾ ਨਹੀਂ ਲੈ ਸਕੇ ਬਾਕੀ ਸਾਰੇ ਸਟੈਂਡ ਲੈ ਬਿਲਕੁਲ ਠੀਕ ਗੱਲ ਹੈ ਜਿਸ ਤਰੀਕੇ ਦੇ ਨਾਲ ਸਾਡੀ ਇਲੈਕਸ਼ਨਸ ਦੇ ਵਿੱਚ ਪਰਚੇ ਹੋਏ ਨੇ ਉਸ ਤੋਂ ਬਾਅਦ ਲਗਾਤਾਰ ਸਾਡੇ ਦੇ ਉੱਤੇ ਪਰਚੇ ਕੀਤੇ ਗਏ ਨੇ ਮੈਂ ਆਪਣੇ ਉੱਤੇ ਕਹਿ ਸਕਦਾ ਕਿ ਮੇਰੀ ਚੋਣ ਤੋਂ ਇੱਕ ਰਾਤ ਪਹਿਲੇ ਮੇਰੇ ਤੇ ਆਮ ਜੱਟ ਲਗਵਾਤਾ ਔਰ ਖੁਦ ਸਰੀਆਮ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਫੇਸਬੁੱਕ ਤੇ ਮਨਜੀਤ ਸਿੰਘ ਨੇ ਲਾਈਵ ਹੋ ਕੇ ਰਾਤੀ 11 ਵਜੇ ਐਸ்சிਡੀਐਫ ਖਬਰਾਂ ਲਾਈਆਂ ਔਰ ਮੇਰੇ ਇਲਾਕੇ ਦੇ ਵਿੱਚ ਮੇਰੇ ਬੰਦਿਆਂ ਨੂੰ ਰਾਤੋਂ ਰਾਤ ਚੁੱਕਣ ਦੀ ਗੱਲਾਂ ਕੀਤੀ ਗਈਆਂ ਫੋਜੀ ਕਈ ਪ੍ਰੈਸ਼ਰਾਈਜ਼ ਸਾਡੇ ਕਈ ਮੈਂਬਰਾਂ ਨੂੰ ਕੀਤਾ ਗਿਆ ਉਹਨਾਂ ਦੀਆਂ ਸੀਟਾਂ ਦੇ ਉੱਤੇ ਉਹਨਾਂ ਨੂੰ ਦਬਾਅ ਪਾਇਆ ਗਿਆ ਕਿਉਂਕਿ ਉਹਨਾਂ ਕੋਲੋਂ ਇਸ ਵਕਤ ਤਾਕਤ ਨਜ਼ਰ ਆ ਰਹੀ ਸੀ ਕਿ ਅਸੀਂ ਸਰਕਾਰੀ ਮਸ਼ੀਨਰੀ ਨੂੰ ਯੂਜ਼ ਕਰ ਸਕਦੇ ਹਾਂ ਮਗਰ ਉਸ ਤੋਂ ਬਾਵਜੂਦ ਜਿਸ ਵਕਤ ਇਹ ਹੁਣ ਗੁਰਦੁਆਰਾ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਬਾਰੇ ਗੱਲ ਕੀਤੀ ਗਈ ਜਿਹੜੇ ਪਰਚੇ ਹੋਏ ਨੇ ਇਹ ਗੱਲਾਂ ਜਿਹੜੀਆਂ ਹੋਈਆਂ ਨੇ ਇਹ ਦਬਾਅ ਦੇ ਅੰਦਰ ਲਿਆਉਣ ਦੀ ਕੋਸ਼ਿਸ਼ ਤੇ ਕੀਤੀ ਹੈ ਹੁਣ ਸਿਰਸਾ ਸਾਹਿਬ ਦੇ ਉੱਤੇ ਇਸ ਦਾ ਦਬਾਅ ਸੀ ਇਹ ਉਹਨਾਂ ਦਾ ਕੋਈ ਪਰਸਨਲ ਹੋਰ ਤਵਾਫ ਸੀ ਇਹਦਾ ਜਵਾਬ ਤੇ ਉਹ ਹੀ ਦੇ ਸਕਦੇ ਬਹੁਤ ਬਹੁਤ ਧੰਨਵਾਦ ਕਲਕਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਸਨ ਹਰਮਿੰਦਰ ਸਿੰਘ ਕਲਕਾ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਖੋਲੀਆਂ ਹਾਲਾਂਕਿ ਦਾਅਵੇ ਬਹੁਤ ਕੀਤੇ ਜਾਂਦੇ ਨੇ ਕਿ ਦਿੱਲੀ ਕਮੇਟੀ ਪਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਕਿ ਨਹੀਂ ਬਣੇਗੀ ਪਰ ਹਰਮਿੰਦਰ ਸਿੰਘ ਕਲਕਾ ਦਾ ਦਾਅਵਾ ਹੈ ਕਿ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਹੀ ਦਿੱਲੀ ਕਮੇਟੀ ਬਣੇਗੀ ਇਹ ਸੇਵਾ ਇਹਨਾਂ ਦੇ ਹਿੱਸੇ ਹੀ ਆਏਗੀ ਕਿਉਂਕਿ ਜੜੀਆਂ ਵੀ ਅੜਚਨਾ ਅੜਾਈਆਂ ਜਾ ਰਹੀਆਂ ਨੇ ਅਦਾਲਤਾਂ ਦੇ ਜ਼ਰੀਏ ਜਾਂ ਕਿਸੇ ਹੋਰ ਤਰੀਕੇ ذریعے ਜਾਂ ਡਾਇਰੈਕਟਰ ਦੇ ذریعے ਉਹ ਸਰਕਾਰਾਂ ਦਾ ਕੰਮ ਹੈ ਭਾਵੇਂ ਉਹ ਕੇਂਦਰ ਦੀ ਹੋਵੇ ਜਾਂ ਸਟੇਟ ਦੀ ਹੋਵੇ ਪਰ ਇਹਨਾਂ ਨੂੰ ਵਿਸ਼ਵਾਸ ਲੋਕਤੰਤਰ ਤੇ ਵੀ ਹੈ ਤੇ ਸੰਗਤ ਤੇ ਵੀ ਹੈ ਦੇਸ਼ ਤੋਂ ਨਹੀਂ ਬਾਕੀ ਖਬਰਾਂ ਲਈ ਬਣਰੋ ਪੀਟੀਸੀ ਨਿਊਜ਼ ਨਾਲ ਤਨਮਤ